ਮੈਨੂੰ ਮੈਨੂੰ ਇਹ ਦੱਸੋਗਾ ਜੀ ਗੱਲ ਵੀ ਕਿਹੜੀ ਕਿਹੜੀ ਇਸ ਤਰ੍ਹਾਂ ਦੀ ਤੁਹਾਨੂੰ ਕਿਹੜੀ ਫਿਲੋਸਫੀ ਕਹਿੰਦੀ ਹੈ ਦੁਨੀਆ ਦੀ ਕਿ ਜੇ ਤੁਸੀਂ ਜਵਾਕਾਂ ਨੂੰ ਉਹਨਾਂ ਦੀ ਮਾਂ ਬੋਲੀ ਨਾ ਬੋਲਣ ਦਿਓਗੇ ਤਾਂ ਉਹ ਜਵਾਕ ਜ਼ਿਆਦਾ ਪੜ੍ਹਨ ਲਿਖਣਗੇ? ਦੱਸੋ ਪੁੱਤ, ਡਰਨ ਦੀ ਲੋੜ ਨਹੀਂ ਹੈਗੀ। ਕੀ ਪੰਜਾਬੀ ਬੋਲਣ ਦਿੰਦੇ ਆ? ਨਾ ਜੀ। ਹਿੰਦੀ ਜਾਂ ਅੰਗਰੇਜ਼ੀ ਚ ਬੋਲੋ? ਜੇ ਅੰਗਰੇਜ਼ੀ ਨਹੀਂ ਆਉਂਦੀ ਤਾਂ ਹਿੰਦੀ ਬੋਲੋ। ਪੰਜਾਬੀ ਪੜ੍ਹਾਓ, ਬੋਲਣ ਤੇ ਪਾਬੰਦੀ ਹੈ। ਅਸਾਂ ਬੋਲਣ ਦੀ ਗੱਲ ਕਰਦੇ ਹਾਂ, ਜਵਾਕ ਮਿਲ ਗੋਭਾ ਕਰੀ ਜਾਂਦੇ ਆ, ਘਰੇ ਪੰਜਾਬੀ ਇੱਥੇ ਹਿੰਦੀ, ਘਰੇ ਪੰਜਾਬੀ ਇੱਥੇ ਹਿੰਦੀ, ਪਤਾ ਹੀ ਨਾ ਜਵਾਕਾਂ ਨੂੰ ਕੀ ਕਰੀ ਜਾਂਦੇ। ਮੈਨੂੰ ਮੈਨੂੰ ਇਹ ਦੱਸੋਗਾ ਜੀ ਗੱਲ ਵੀ ਕਿਹੜੀ ਕਿਹੜੀ ਇਸ ਤਰ੍ਹਾਂ ਦੀ ਤੁਹਾਨੂੰ ਕਿਹੜੀ ਫਿਲੋਸਫੀ ਕਹਿੰਦੀ ਹੈ ਦੁਨੀਆ ਦੀ ਕਿ ਜੇ ਤੁਸੀਂ ਜਵਾਕਾਂ ਨੂੰ ਉਹਨਾਂ ਦੀ ਮਾਂ ਬੋਲੀ ਨਾ ਬੋਲਣ ਦਿਓਗੇ ਤਾਂ ਉਹ ਜਵਾਕ ਜ਼ਿਆਦਾ ਪੜ੍ਹਨ ਲਿਖਣਗੇ? ਹੁਣ ਇੱਕ ਵੀ ਜਵਾਕ ਤੋਂ ਆਪਾਂ ਪੁੱਛ ਲਓ, ਇਹ ਨਹੀਂ ਗਿਆ ਵੀ ਕਈ ਜਵਾਕ ਡਰ ਜਾਂਦੇ ਆ ਤੁਹਾਡਾ ਨਾਂ ਨਾ ਕੱਟ ਦੇ। ਜੁਰਮਾਨਾ ਵੀ ਹੋਇਆ ਕਿਸੇ ਜਵਾਕ ਨੂੰ? ਜੁਰਮਾਨਾ ਵੀ ਹੁੰਦਾ। ਦੇਖੋ ਹੁਣ ਤੁਸੀਂ ਜੇ ਬੱਚਾ ਕੋਈ ਪੰਜਾਬੀ ਸਾਡੀ ਮਾਂ ਬੋਲੀ 'ਚ ਗੱਲ ਕਰਦਾ, ਤੁਸੀਂ ਜੁਰਮਾਨੇ ਲਾਉਂਦੇ। ਦੱਸੋ ਪੁੱਤ, ਡਰਨ ਦੀ ਲੋੜ ਨਹੀਂ ਹੈਗੀ। ਕੀ ਪੰਜਾਬੀ ਬੋਲਣ ਦਿੰਦੇ ਆ? ਨਾ ਜੀ। ਹਿੰਦੀ ਜਾਂ ਅੰਗਰੇਜ਼ੀ 'ਚ ਬੋਲੋ? ਜੇ ਅੰਗਰੇਜ਼ੀ ਨਹੀਂ ਆਉਂਦੀ ਤਾਂ ਹਿੰਦੀ ਬੋਲੋ। ਅਸੀਂ ਤੁਹਾਨੂੰ ਕਦੇ ਨਹੀਂ ਕਹਿੰਦੇ, ਹਰ ਮਾਂ ਬਾਪ ਦੀ ਇਹ ਇੱਛਾ ਹੈਗੀ ਹੈ ਅੰਗਰੇਜ਼ੀ ਪੜ੍ਹਾਓ, ਚੰਗੀ ਤਰ੍ਹਾਂ ਆਉਣੀ ਚਾਹੀਦੀ ਹੈ ਦੁਨੀਆ ਦੀ। ਅੱਜ ਦੁਨੀਆ ਦੀ ਭਾਸ਼ਾ ਜੇ ਕਿਤੇ ਜਾਣਾ ਤਾਂ ਆਪਾਂ ਬੰਦਾ ਅੰਗਰੇਜ਼ੀ 'ਚ ਗੱਲਬਾਤ ਕਰਦਾ, ਠੀਕ ਆ। ਹਿੰਦੀ ਪੜ੍ਹਾਓ, ਸਾਨੂੰ ਹਿੰਦੀ ਨਾਲ ਕੋਈ ਦੁੱਖ ਨਹੀਂ, ਕੋਈ ਸਾਨੂੰ ਵਿਤਕਰਾ ਨਹੀਂ, ਕੋਈ ਵਿਰੋਧ ਨਹੀਂ, ਪਰ ਸਾਡੀ ਮਾਂ ਬੋਲੀ ਕਿਉਂ ਮਾਰ ਰਹੇ? ਕਿਹੜੀ ਕਲਾਸ ਆ ਤੁਹਾਡੀ? ਕਿਹੜੀ ਕਲਾਸ ਆ? ਪੰਜਵੀਂ। ਆਪਾਂ ਹੋਰ ਕਲਾਸਾਂ ਵਿੱਚ ਚੱਲ ਵੜਦੇ ਹਾਂ ਸਾਰੀ ਕਲਾਸ ਦੇ ਵਿੱਚ। ਮੈਨੂੰ ਯਾਰ ਇਹ ਛੱਡੋ ਬਾਈ ਜੀ, ਮੇਰੀ ਬੇਨਤੀ ਹੈ ਸੁਣੋ, ਮੈਂ ਕਹਿੰਦਾ ਹਿੰਦੀ ਪੜ੍ਹਾਓ, ਅੰਗਰੇਜ਼ੀ ਪੜ੍ਹਾਓ, ਅਰਬੀ ਪੜ੍ਹਾਓ, ਫਾਰਸੀ ਉਰਦੂ ਜੋ ਮਰਜ਼ੀ ਪੜ੍ਹਾਓ, ਪਰ ਇਹ ਕਿੱਥੋਂ ਦਾ ਅਸੂਲ ਹੈ, ਕਿੱਥੋਂ ਦਾ ਕਾਨੂੰਨ ਕਹਿੰਦਾ ਕਿ ਤੁਸੀਂ ਜਵਾਕਾਂ ਨੂੰ ਪੰਜਾਬੀ ਨਾ ਬੋਲਣ ਦਿਓ? ਹੁਣ ਇਹ ਜਵਾਕ ਝੂਠ ਮਾਰਦੇ ਆ, ਆਹ ਸਾਰੇ ਪੰਜ ਮਿੰਟ ਜਵਾਕ ਖੜੇ ਆ, ਕੁੜੀਆਂ ਵੀ ਖੜੀਆਂ ਨੇ, ਮੁੰਡੇ ਵੀ ਖੜੇ ਆ, ਦੱਸੋ। ਆਹ ਚਿੱਠੀਆਂ ਸਾਨੂੰ 20-18 ਨੂੰ ਜਾਰੀ ਹੋਈਆਂ ਨੇ, ਇਕੱਲੇ ਇਕੱਲੇ ਸਕੂਲ 'ਚ ਅਸੀਂ ਜਾਰੀ ਕਰਾਈਆਂ ਨੇ, ਪੰਜਾਬ ਦੇ ਹਰ ਇੱਕ ਸਕੂਲ 'ਚ ਗਈਆਂ ਨੇ, ਚਾਹੇ ਉਹ ਪ੍ਰਾਈਵੇਟ ਹੈ ਚਾਹੇ ਉਹ ਸਰਕਾਰੀ ਹੈ। ਤੁਸੀਂ ਤਾਂ ਜੜ ਪੱਟ ਦੋਗੇ ਸਾਡੀ ਯਾਰ, ਸਾਡੇ ਰਹੂ ਕੀ ਪੱਲੇ? ਸਾਡੀ ਮਾਂ ਬੋਲੀ ਮਰ ਗਈ ਤੇ ਸਾਡੇ ਪੱਲੇ ਹੀ ਰਹਿਣਾ? ਤੇਰੀ ਵੀ ਮਾਂ ਬੋਲੀ ਉਹੀ ਪੰਜਾਬੀ ਹੈ, ਮੇਰੀ ਵੀ ਮਾਂ ਬੋਲੀ ਪੰਜਾਬੀ ਹੈ, ਪਰ ਅਸੀਂ ਹਿੰਦੀ 'ਤੇ ਕਿਉਂ ਜ਼ੋਰ ਦਿੰਦੇ ਹਾਂ? ਦੱਸੋ, ਆਹ ਤੁਸੀਂ ਸਾਰੇ ਯਾਰ ਮਾਂ ਪਿਓ ਖੜੇ ਹੋ, ਮੇਰਾ ਵੀਰ ਉਰੇ ਆ ਜਾਓ 2 ਮਿੰਟ, ਜਵਾਕਾਂ ਦੇ ਮਾਂ ਪਿਓ ਆ, ਉਰੇ ਆ ਜਾਓ ਮਾੜਾ ਜਾ, ਉਰੇ ਆ ਜਾਓ, ਮਾਂ ਪਿਓ ਆ ਜਾ ਬੁਲਾਈ ਯਾਰ, ਆ ਜਾਓ ਬਾਈ, ਆ ਜਾਓ ਯਾਰ, ਲੰਘੇ ਆ ਜਾਓ, ਅੱਗੇ ਨਾ ਨਹੀਂ ਹੋ ਬਾਈ। ਮੇਰੀ ਤੁਹਾਡੇ ਅੱਗੇ ਗੁਜ਼ਾਰਿਸ਼ ਆ ਬਾਈ ਜੀ, ਕੀ ਆਪਾਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਾਡੀ ਮਾਂ ਬੋਲੀ ਨਾ ਬੋਲਣ? ਬੋਲਣ ਫਿਰ ਯਾਰ, ਅਸੀਂ ਕਿਉਂ ਆਪਣੇ, ਅਸੀਂ ਜੜਾਂ ਵੱਢ ਰਹੇ ਹਾਂ ਆਪਣੀਆਂ ਆਪ। ਮੈਂ ਕਦੇ ਨਹੀਂ ਕਹਿੰਦਾ ਸੀ ਨਾ ਅੰਗਰੇਜ਼ੀ ਦੇ ਵਿਰੁੱਧ ਹਾਂ ਨਾ ਹਿੰਦੀ ਦੇ ਵਿਰੁੱਧ ਹਾਂ, ਜੇ ਸਾਡੀ ਜ਼ਬਾਨ ਮਰ ਗਈ, ਸਾਡੀ ਬੋਲੀ ਮਰ ਗਈ, ਸਾਡਾ ਪੱਲੇ ਕੀ ਰਹੂਗਾ? ਹੁਣ ਇਹ ਜਵਾਕਾਂ 'ਚ ਐਡੀਆਂ ਗੜਬੜਾਂ ਆ ਗਈਆਂ ਅਤੇ ਆਪਾਂ ਕਹਿੰਦੇ ਉੱਤੇ ਥੱਲੇ, ਇਹ ਕਹਿਣਗੇ ਉੱਪਰ ਨੀਚੇ, ਆਪਾਂ ਕਹਿੰਦੇ ਅੰਗਰੇਜ਼ੀ ਨੂੰ ਫੜਨਾ ਕਹਿੰਦੇ ਪਕੜਨਾ, ਗੜਬੜਾਂ ਹੋ ਗਈਆਂ ਕਿ ਨਹੀਂ ਹੋ ਗਈਆਂ? ਤੁਸੀਂ ਜਦੋਂ ਤੁਹਾਡੀ ਕੋਈ ਪੇਰੈਂਟਸ ਮੀਟਿੰਗ ਹੁੰਦੀ ਹੈ ਇਹਨਾਂ ਨਾਲ ਸਟਾਫ ਨਾਲ, ਕਿਉਂ ਨਹੀਂ ਕਹਿੰਦੇ ਵੀ ਸਾਡੇ ਜਵਾਕਾਂ ਨੂੰ ਪੰਜਾਬੀ ਭਾਈ ਬੋਲਣ ਤੋਂ ਕਿਉਂ ਰੋਕਦੀ? ਕਿਹਾ ਕਿਤੇ ਆ ਕੇ ਤੁਸੀਂ ਭੈਣ ਮੇਰੀ ਕਿਹਾ ਕਿਤੇ? ਅਸੀਂ 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 ਖਤਮ ਹੋ ਜਾਵਾਂਗੇ, ਕਿਉਂ ਬੁਲਾਉਂਦੇ ਪੁੱਛੋ, ਆਓ ਖੜੇ ਦੱਸੋ ਜੀ, ਆਓ ਇੱਧਰ ਆਓ, ਇੱਧਰ ਆਓ। ਉਹ ਕਹਿੰਦੇ ਹਿੰਦੀ ਬੁਲਾਉਂਦੇ, ਦੱਸੋ ਕਿਉਂ ਹਿੰਦੀ ਬੁਲਾਉਂਦੇ ਹੋ?
ਸਾਹਮਣੇ ਆ ਜਾਓ, ਮਾੜੇ ਮੂਹਰੇ ਆ ਜਾਓ। ਆ ਕਿਧਰ ਇਧਰ ਘਰੇ ਹਿੰਦੀ ਬੋਲਦੇ ਆ ਜਵਾਕ? ਜਦੋਂ ਗੱਲਬਾਤ ਕਰਦੇ ਹਿੰਦੀ ਚ ਕਰਦੇ ਨੇ। ਦੱਸੋ ਇਹ ਫਿਰ ਸਕੂਲ ਜੋ ਕਹਿੰਦੇ ਹੁਣ ਤੋਂ ਭੈਣੇ ਜੇ ਸਾਡੀ ਜ਼ਬਾਨ ਮਰ ਗਈ, ਸਾਡੀ ਪਹਿਚਾਣ ਨੇ ਮਰ ਜਾਣਾ, ਸਾਡਾ ਸਾਰਾ ਕੁਝ ਤਬਾਹ ਹੋ ਜਾਣਾ, ਇਸ ਤੋਂ ਅਨਭੂਤ ਹੋ ਜਾਣਾ। ਇਹ ਇਹ ਠੀਕ ਆ, ਅਸੀਂ ਡਿਗਰੀਆਂ ਲੈ ਲਾਂਗੇ, ਬਹੁਤ ਉੱਚੀ ਪੜ੍ਹਾਈ ਕਰ ਲਾਂਗੇ, ਪਰ ਸਾਡੀਆਂ ਜੜ੍ਹਾਂ ਖਤਮ ਹੋ ਜਾਂਦੀਆਂ। ਮੈਂ ਇਹ ਨਹੀਂ ਕਹਿੰਦਾ ਵੀ ਅੰਗਰੇਜ਼ੀ ਪੜ੍ਹਾਓ ਪੜ੍ਹਾਓ, ਮੈਂ ਕਹਿੰਦਾ ਪੂਰੇ ਐਕਸਪਰਟ ਕਰ ਦਿਓ, ਦੁਨੀਆਂ 'ਚ ਨਾ ਹੋਵੇ ਇਹੋ ਜਿਹੀ ਅੰਗਰੇਜ਼ੀ ਪੜ੍ਹਾਓ, ਹਿੰਦੀ ਵੀ ਪੜ੍ਹਾਓ, ਪਰ ਬੋਲਣ 'ਤੇ ਪਾਬੰਦੀ। ਇਹ ਕਿੱਥੇ ਲਿਖਿਆ? ਚਿੱਠੀਆਂ ਤੁਹਾਨੂੰ ਕੱਢੀਆਂ ਹੋਈਆਂ ਜਦੋਂ ਆਹ ਮਾਂ ਪਿਓ ਖੜ੍ਹੇ, ਇਹਨਾਂ ਨੂੰ ਪੁੱਛ ਲਓ ਤੁਸੀਂ ਆਹ ਪੜ੍ਹੋ, ਆਹ ਪੜ੍ਹ ਲਓ, ਆਹ ਤੁਹਾਡੇ ਕੋਲ ਚਿੱਠੀਆਂ ਆਈਆਂ ਹੋਈਆਂ ਨੇ, ਸਕੂਲਾਂ ਸਾਰੇ ਸਕੂਲਾਂ 'ਚ ਆਈਆਂ ਹੋਈਆਂ, ਆਹ ਆਹ ਸਪੈਸ਼ਲ ਪੜ੍ਹ ਲਓ ਵੀ ਇਹ ਸਕੂਲਾਂ ਜਿਹੜੀ ਪਾਬੰਦੀ ਲਾਈ ਜਾਂਦੀ, ਜੁਰਮਾਨੇ ਕੀਤੇ ਇਹਨਾਂ ਦੇ ਖਿਲਾਫ ਕਰਵਾਈ, ਇਹ ਮੌਲਿਕ ਅਧਿਕਾਰ ਦੀ ਉਲੰਘਣਾ। ਹੁਣ ਤੁਸੀਂ ਦੱਸ ਦਿਓ ਅਸੀਂ ਗਲਤ ਹਾਂ? ਪੜ੍ਹਾਓ ਹਿੰਦੀ, ਪੜ੍ਹਾਓ ਅੰਗਰੇਜ਼ੀ, ਪੜ੍ਹਾਓ, ਅਸੀਂ ਨਹੀਂ ਰੋਕਦੇ, ਪੜ੍ਹਾਉਣੀ ਚਾਹੀਦੀ ਹੈ, ਪਰ ਬੋਲਣ ਦਾ ਕਿਉਂ ਮੰਨਦੀ ਹੈ? ਦੇਖੋ ਸਰਕਾਰੀ ਸਕੂਲ ਜਿਹੜੇ ਆ ਸਕੂਲ ਕੀ ਕਰ ਰਹੇ ਆ ਕਿ ਪੰਜਾਬੀ ਪੜ੍ਹਾਉਂਦੇ ਪਹਿਲੀ ਤੋਂ, ਸਾਡੇ ਇੱਥੇ ਜਾਓ ਸਰ ਛੋਟੀ ਕਲਾਸਾਂ ਤੋਂ ਪੜ੍ਹਾ ਰਹੇ ਆ। ਪੰਜਾਬੀ ਪੜ੍ਹਾਓ, ਬੋਲਣ 'ਤੇ ਪਾਬੰਦੀ ਹੈ, ਸਭ ਬੋਲਣ ਦੀ ਗੱਲ ਕਰਦੇ ਹਾਂ, ਜਵਾਕ ਮਿਲ ਗੋਭਾ ਕਰੀ ਜਾਂਦੇ ਆ, ਘਰੇ ਪੰਜਾਬੀ ਇੱਥੇ ਹਿੰਦੀ, ਘਰੇ ਪੰਜਾਬੀ ਇੱਥੇ ਹਿੰਦੀ, ਪਤਾ ਹੀ ਲੱਗਦਾ ਜਵਾਕਾਂ ਨੂੰ ਵੀ ਕਰੀ ਜਾਂਦੇ। ਹੁਣ ਮੇਰਾ ਜਵਾਕ ਤੁਹਾਨੂੰ ਮੈਂ ਦੱਸਦਾ, ਮੈਂ ਹਟਾ ਲਿਆ ਸਰ ਸਕੂਲ, ਉਹ ਫੜਨੇ ਨੂੰ ਪਕੜਨਾ ਬੋਲਣ ਲੱਗ ਗਿਆ, ਉੱਪਰ ਨੀਚੇ ਬੋਲਣ ਲੱਗ ਗਿਆ, ਮੈਂ ਬਹੁਤ ਘੁਰਿਆ, ਕਹਿੰਦਾ ਮੇਰੀ ਮੈਡਮ ਕਹਿੰਦੀ ਹੈ ਦੱਸ। ਨਿੱਕੀ ਜਿਹੀ ਗੱਲ, ਪਤਾ ਨੀ ਕਿਸ ਹਿਸਾਬ ਨਾਲ ਤੁਸੀਂ ਲਓਗੇ, ਜਿਹੜੇ ਪੇਰੈਂਟਸ ਕਹਿ ਰਹੇ ਨੇ ਕਿ ਆਹ ਗਲਤ ਹੈ, ਇਹਨਾਂ ਨੂੰ ਪੁੱਛੋ ਜੀ ਬੱਚਿਆਂ ਨੂੰ ਬਾਹਰ ਭੇਜਣਾ, ਆਈਲੈਟਸ ਕਰਾਉਣਗੇ, ਤੈਨੂੰ ਕਿਹਨੇ ਕਿਹਾ ਵੀਰ ਤੂੰ ਅੰਗਰੇਜ਼ੀ ਨਾ ਪੜ੍ਹਾ? ਆਪਾਂ ਛੋਟੇ ਹੁੰਦੇ ਆ ਪੰਜਾਬੀ ਕਿਉਂ ਬੋਲਦੇ ਆ? ਤਾਂ ਕਿ ਉਹ ਫਲੈਂਟਲੀ ਪੰਜਾਬੀ ਬੋਲੇ, ਹਨਾ, ਤੇ ਜੇ ਬੱਚੇ ਨੂੰ ਇੰਗਲਿਸ਼ ਬੋਲਣ ਆਉਣਾ 12ਵੀਂ ਤੋਂ ਬਾਅਦ, ਮੈਕਸੀਮਮ ਬੱਚਿਆਂ ਨੂੰ ਆਈਲੈਟਸ ਕਰਨੀ, ਕਿੱਥੇ ਆਪਾਂ ਕਮਿਊਨੀਕੇਸ਼ਨ ਸਕਿੱਲ ਤੇ ਵਰਤ ਜਿਹੜੇ ਜਿਹੜੇ ਇੱਥੋਂ ਸੁਣ ਲਾ, ਜਿਹੜੇ ਪੰਜਾਬ ਦਿਆਂ ਨੇ PCS ਕੀਤੀ, IAS IPS ਕੀਤੀ ਹੈ, ਸਰਕਾਰੀ ਸਕੂਲਾਂ ਕੱਪੜਾ ਸਕੂਲਾਂ 'ਚ ਪੜ੍ਹਦੇ, ਜ਼ਰੂਰੀ ਨਹੀਂ ਜਿਹੜੇ ਸੁਣ ਲਾ, ਤੂੰ ਗੱਲ ਕਰੇਗਾ ਅੱਜ ਯੂਰਪ ਦੀ ਗੱਲ ਕਰ ਲਾ, ਡੈਨਮਾਰਕ ਦੀ ਗੱਲ ਕਰ ਲਾ, ਜਰਮਨ ਦੀ ਗੱਲ ਕਰ ਲਾ, ਚੀਨ ਦੀ ਗੱਲ ਕਰਦਾ, ਮੁੱਢਲੀ ਜਿਹੜੀ ਉਹਨਾਂ ਦੀ ਮੁੱਢਲੀ ਜਿਹੜੀ ਉਹਨਾਂ ਦੀ ਪੜ੍ਹਾਈ ਹੈ, ਪੰਜਵੀਂ ਤੱਕ ਪ੍ਰਾਇਮਰੀ ਪੜ੍ਹਾਈ ਹੈ, ਉਹ ਆਪਣੀ ਮਾਂ ਬੋਲੀ 'ਚ ਕਰਦੇ ਆ, ਕਿ ਉਹ ਸਾਡੇ ਮੁਕਾਬਲੇ ਡਾਊਨ ਨੇ? ਸਾਊਥ ਦੀ ਗੱਲ ਕਰ ਲਾ, ਦੱਖਣ ਦੀ ਗੱਲ ਕਰ ਲਾ, ਕੇਰਲਾ ਨੇ, ਤਾਮਿਲ ਨੇ, ਕੰਨੜ ਨੇ, ਉਹ ਉਹ ਆਪਣੀ ਜਵਾਨ ਦੇ ਵਿੱਚ ਮੁੱਢਲੀ ਪੜ੍ਹਾਈ ਕਰਦੇ ਆ, ਸਾਡੇ ਲੋਕ ਕਿਤੇ ਜ਼ਿਆਦਾ ਅੰਗਰੇਜ਼ੀ ਜਾਣਦੇ ਆ, ਉਹੀ ਚੀਜ਼ ਉਸ 'ਤੇ ਆ ਰਿਹਾ ਸਰ। IAS IPS ਜਿੰਨੇ ਵੀ ਨੇ, ਠੀਕ ਹੈ, ਉਹ ਇੱਥੋਂ ਸਰਕਾਰੀ ਸਕੂਲਾਂ ਤੋਂ ਪੜ੍ਹਦੇ, ਬਹੁਤ ਬਹੁਤ ਇਹੋ ਜਿਹੇ ਪਰਸਨਸ ਨੇ, ਲੇਕਿਨ ਛੋਟਾ ਜਿਹਾ ਐਗਜ਼ਾਮਪਲ ਦਿੰਦਾ, ਸਚਿਨ ਤੇਂਦੁਲਕਰ ਮਹਾਰਾਸ਼ਟਰ, ਮਰਾਠੀ ਤੋਂ ਇਲਾਵਾ ਉਹਨੂੰ ਹਿੰਦੀ ਨਹੀਂ ਆਉਂਦੀ, ਚਾਹੇ ਦਸਵੀਂ ਸਿੱਖ ਗਿਆ, ਉਹਨੇ 3 ਸਾਲ ਲਾਏ ਸਿਰਫ ਅਤੇ ਇੰਗਲਿਸ਼ ਸਿੱਖਣ ਨੂੰ, ਅੱਜ ਉਹ ਇੰਗਲਿਸ਼ ਤੋਂ ਇਲਾਵਾ ਗੱਲ ਨਹੀਂ ਕਰਦਾ ਸੀ।
ਕਮਿਊਨੀਕੇਸ਼ਨ ਤੇ ਕਿਤੇ ਨਾ ਕਿਤੇ ਅਸੀਂ ਅਸੀਂ ਮੇਰੀ ਗੱਲ ਸੁਣੋ, ਸਾਡਾ ਸਾਡਾ ਇਹ ਮਸਲਾ ਨਹੀਂ ਹੈਗਾ। ਮੈਂ ਫਿਰ ਵਾਰ ਵਾਰ ਗੱਲਾਂ ਹੋਈਆਂ ਆਪਾਂ ਦੁਹਰਾਈ ਜਾਂਦੇ ਹਾਂ, ਪੜ੍ਹਾਓ ਅੰਗਰੇਜ਼ੀ, ਪੜ੍ਹਾਓ ਹਿੰਦੀ, ਪੜ੍ਹਾਓ, ਅਸੀਂ ਨਹੀਂ ਕਹਿੰਦੇ ਯਾਰ, ਜ਼ੋਰ ਦੇ ਕੇ ਪੜ੍ਹਾਓ, ਚੰਗੀ ਹੋਣੀ ਚਾਹੀਦੀ ਜਵਾਕਾਂ ਨੂੰ, ਕਿਉਂਕਿ ਜਵਾਕਾਂ ਨੇ ਕੱਲ੍ਹ ਨੂੰ ਦੁਨੀਆਂ 'ਚ ਜਾਣਾ। ਪਰ ਸਾਡੀ ਜ਼ਬਾਨ ਕਿਉਂ ਮਾਰ ਰਹੇ ਹੋ? ਕੋਲਰ ਦੀ ਪਾਬੰਦੀ ਤੁਸੀਂ, ਆਹ ਚਿੱਠੀ ਗਲਤ ਹੈ, ਮੇਰੀ ਗੱਲ ਤਾਂ ਸੁਣੋ, ਇਹ ਚਿੱਠੀਆਂ ਗਲਤ ਨੇ ਜਿਹੜਾ ਤੁਹਾਨੂੰ ਹਦਾਇਤਾਂ ਹੋਈਆਂ ਨੇ, ਮੇਰੀ ਗੱਲ ਹਿੰਦੀ ਹੋਵੇ, ਇੰਗਲਿਸ਼ ਹੋਵੇ, ਪੰਜਾਬੀ ਹੋਵੇ, ਤਿੰਨੀ ਲੈਂਗੁਏਜ ਚ ਆਪਾਂ ਗਾਲਾਂ ਕੱਢਣ। ਗੱਲ ਮੇਰੀ ਇੱਕ ਸੁਣ ਲਓ ਵੀਰਾ, ਆਹ ਤੁਹਾਡੇ ਕੋਲ ਚਿੱਠੀ ਅਸੀਂ ਦੇ ਚੱਲਿਆ, ਦੂਜੇ ਦੂਨੇ ਕਾਪੀਆਂ ਫੜ ਲਓ, ਇਹ ਜਵਾਬ ਤੇ ਪਾਬੰਦੀ ਨਹੀਂ ਹੋਣੀ ਚਾਹੀਦੀ, ਪੰਜਾਬੀ ਬੋਲਣ ਦਾ ਕੋਈ ਜੁਰਮਾਨਾ ਨਹੀਂ ਹੋਣਾ ਚਾਹੀਦਾ, ਫਿਰ ਤੁਸੀਂ ਅਸੀਂ ਦੇਖਿਆ ਸਾਡਾ ਕੰਮ ਜਾਊ, ਠੀਕ ਹੈ। ਹੁਣ ਤੁਹਾਨੂੰ ਤੁਸੀਂ ਪਹਿਲੀ ਅਤੇ ਲਾਸਟ ਦੇ ਵਾਰਨਿੰਗ, ਆਹ ਹਦਾਇਤਾਂ ਨੇ, ਸਰਕਾਰ ਦੀਆਂ ਹਦਾਇਤਾਂ ਨੇ, 1967 ਦਾ ਮਦਰ ਲੈਂਗੁਏਜ ਐਕਟ ਚੱਕ ਕੇ ਪੜ੍ਹ ਲਓ, ਚਿੱਠੀਆਂ ਸਾਰੀਆਂ ਭੇਜ ਦਾਂਗੇ।